ਰੈਡੀ ਪੰਜਾਬ ਜਿੱਥੇ ਇੱਕ ਪਾਸੇ ਖੇਤੀ ਉਪਜ ਵਿੱਚ ਖੜੋਤ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਜ਼ਹਿਰੀਲੀ ਹੋਈ ਮਿੱਟੀ ਅਤੇ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਪਾਣੀ ਦੇ ਕੁਦਰਤੀ ਸਰੋਤ ਪੰਜਾਬ ਦੇ ਵਿਖਾਰੇ ਡੂੰਗੀਆਂ ਚਿੰਤਾਵਾਂ ਦਾ ਸਬਬ ਬਣ ਰਹੇ ਹਨ ਡੰਡੀ ਇਸ ਨੂੰ ਰੋਕਣ ਲਈ ਜਿੱਥੇ ਇੱਕ ਪਾਸੇ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆਉਣ ਦੀ ਗੱਲ ਕਰਦੇ ਹੋਏ ਹੋਰ ਫਸਲਾਂ ਉਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉੱਥੇ ਦੂਜੇ ਪਾਸੇ ਕੁਦਰਤੀ ਖੇਤੀ ਵਾਲ ਪਰਤਨ ਉੱਤੇ ਵੀ ਜੋਰ ਦਿੱਤਾ ਜਾ ਰਿਹਾ ਹੈ ਡੰਡੀ ਦੋਵੇਂ ਹੀ ਸੁਝਾਵ ਬੁਨਿਆਦੀ ਤੌਰ ਉੱਤੇ ਖੇਤੀਕਰਨ ਦੇ ਢੰਗ ਵਿੱਚ ਕੁਝ ਤਬਦੀਲੀ ਕਰਨ ਤੱਕ ਸੀਮਤ ਰਹੇ ਜਾਂਦੇ ਹਨ ਜਦੋਂ ਕਿ ਲੋੜ ਪੰਜਾਬ ਅਤੇ ਖੇਤੀਬਾੜੀ ਦੇ ਅਨੇਖੜ ਸਮਝੇ ਜਾਂਦੇ ਰਿਸ਼ਤੇ ਤੋਂ ਬਾਹਰ ਨਿਕਲ ਕੇ ਸੋਚਣ ਦੀ ਹੈ ਡੰਡੀ ਸਾਨੂੰ ਇਹ ਪਰਵਾਣ ਕਰਨ ਦੀ ਲੋੜ ਹੈ ਕਿ ਹੋਰ ਕੁਦਰਤੀ ਸਾਧਨਾਂ ਦੀ ਤਰ੍ਹਾਂ ਹੀ ਮਿੱਟੀ ਪਾਣੀ ਹਵਾ ਆਦਵੀ ਅਜਿਹੇ ਸਰੋਤ ਹਨ ਜਿੰਨਾ ਦੀ ਇੱਕ ਖਾਸ ਪੱਦਰ ਤੋਂ ਵੱਧ ਵਰਤੋਂ ਨਹੀਂ ਕੀਤੀ ਜਾ ਸਕਦੀ ਡੰਡੀ ਪੰਜਾਬ ਇਸ ਸਮੇ ਅਜਿਹੇ ਹਾਲਾਤ ਵਿੱਚੋਂ ਨਿਕਲ ਰਿਹਾ ਹੈ ਜਿੱਥੇ ਬਹੁਤੇ ਖਿੱਤਿਆਂ ਵਿੱਚ ਧਰਤੀ ਹੇਠਲਾ ਪਾਣੀ ਆ ਪਹੁੰਚ ਅਤੇ ਨਾ ਵਰਤਨਯੋਗ ਹੋ ਚੁੱਕਾ ਹੈ ਅਤੇ ਮਿੱਟੀ ਆਪਣੀ ਕੁਦਰਤੀ ਉਤਪਾਦਨ ਸਮਰੱਥਾ ਲਗਭਗ ਗਵਾ ਚੁੱਕੀ ਹੈ ਡੰਡੀ ਇਸ ਕਾਰਨ ਖੇਤੀ ਨਾ ਸਿਰਫ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਸਗੋਂ ਪੰਜਾਬ ਦੇ ਪੌਣ ਪਾਣੀ ਨੂੰ ਰਸਾਇਣਿਕ ਖਾਦਾ ਤੇ ਕੀਟਨਾਸ਼ਕਾਂ ਨਾਲ ਹੋਰ ਜ਼ਿਆਦਾ ਪ੍ਰਦੂਸ਼ਿਤ ਕਰਨ ਵਿੱਚ ਵੀ ਲਗਾਤਾਰ ਹਿੱਸਾ ਪਾ ਰਹੀ ਹੈ ਡੰਡੀ ਰੈਡੀ ਕੁਦਰਤੀ ਸਾਧਨਾ ਦੇ ਖਤਮ ਹੋਣ ਨਾਲ ਸੁਭਾਵਿਕ ਹੀ ਉਸ ਉੱਤੇ ਨਿਰਭਰ ਲੋਕਾਂ ਦੇ ਸਮਾਜਿਕ ਸੱਭਿਆਚਾਰ ਅਤੇ ਆਰਥਿਕ ਢਾਂਚੇ ਵਿੱਚ ਵੀ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ ਅਤੇ ਉਹਨਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪੈਂਦੀ ਹੈ ਡੰਡੀ ਪ੍ਰਵਾਸ ਧਾਰਨ ਕਰਨ ਨੌਜਵਾਨਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਹੀ ਨੌਜਵਾਨ ਹਨ ਜੋ ਚਾਹੇ ਮਜਬੂਰੀ ਵਿੱਚ ਹੀ ਸਹੀ ਪਰ ਆਪਣੀ ਖੇਤੀਬਾੜੀ ਆਧਾਰਤ ਅਰਧ ਸੰਪੰਤੀ ਟੰਗ ਦੀ ਠਹਿਰੀ ਹੋਈ ਜੀਵਨ ਜਾਚ ਤੋਂ ਬਾਹਰ ਨਿਕਲ ਕੇ ਅਤ ਵਿਕਸਤ ਪੂੰਜੀਵਾਦੀ ਪ੍ਰਬੰਧ ਵਿੱਚ ਆਪਣੀ ਥਾਂ ਬਣਾਉਣ ਦੇ ਸੰਘਰਸ਼ ਦੇ ਰਾਹ ਪੈ ਜਾਂਦੇ ਹਨ ਨੰਡੀ ਖੇਤੀ ਨਾਲ ਸੰਬੰਧਿਤ ਪਰਿਵਾਰਾਂ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਖੇਤੀਬਾੜੀ ਦੇ ਕਿਤੇ ਤੋਂ ਆਈਨਰਾਸ਼ਾ ਦੇ ਨਾਲ-ਨਾਲ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਪੰਜਾਬ ਖੇਤੀਬਾੜੀ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਚੁੱਕਾ ਹੈ ਅਤੇ ਹੁਣ ਇਸ ਨੂੰ ਇਸ ਤੋਂ ਅੱਗੇ ਸੋਚਣ ਦੀ ਲੋੜ ਹੈ ਡੰਡੀ ਕਿਸੇ ਸਮੇਂ ਖੇਤੀਬਾੜੀ ਖੇਤਰ ਤੋਂ ਅਗਲਾ ਸੁਭਾਵਿਕ ਕਦਮ ਉਦਯੋਗਿਕ ਖੇਤਰ ਮੰਨਿਆ ਜਾਂਦਾ ਸੀ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਬਣੇ ਫੋਕਲ ਪੁਆਇੰਟ ਇਸੇ ਦਿਸ਼ਾ ਵੱਲ ਜਾਣ ਦੀ ਕੋਸ਼ਿਸ਼ਾਂ ਦਾ ਪ੍ਰਮਾਣ ਹਨ ਪਰ ਜੋਗ ਅਤੇ ਸਿੱਖਿਆਤ ਮਨੁੱਖੀ ਸ਼ਕਤੀ ਦੀ ਕਮੀ ਦੂਜੇ ਸੂਬਿਆਂ ਨੂੰ ਮਿਲਣ ਵਾਲੀਆਂ ਛੋਟਾਂ ਚਿਮਾਪਰਾ ਰੈਡੀ ਪੰਜਾਬ ਸੰਕਟ ਦਾ ਪ੍ਰਭਾਵ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਖਤਰਨਾਕ ਰਸਾਇਣਾਂ ਦੀ ਸਮੱਸਿਆ ਅਤੇ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ ਕਿਸੇ ਵੱਡੀ ਸੰਤ ਦਾ ਨਾ ਲੱਗਣ ਆਦ ਕਾਰਨਾ ਕਰਕੇ ਉਦਯੋਗੀ ਕਰਨ ਵੱਲ ਜਾਂਦੇ ਇਹ ਕਦਮ ਆਰੰਭ ਵਿੱਚ ਹੀ ਲੜਖੜਾ ਗਏ ਡੰਡੀ ਲੁਧਿਆਣਾ ਦੇ ਬੁੱਡੇ ਨਾਲੇ ਦਾ ਪ੍ਰਦੂਸ਼ਣ ਰਫਾਇਨਰੀਆਂ ਤੇ ਥਰਮਲਾਂ ਦੇ ਧੂਏ ਸ਼ਰਾਬ ਫੈਕਟਰੀਆਂ ਦੇ ਜ਼ਹਿਰੀਲੇ ਮਾਦੇ ਤੇ ਸਾਫਟ ਡਰਿੰਕ ਕੰਪਨੀਆਂ ਵੱਲੋਂ ਅੰਨੇ ਵਾ ਕੱਡੇ ਪਾਣੀਆਂ ਵਰਗੇ ਮਾੜੇ ਅਨੁਭਵਾਂ ਕਾਰਨ ਕਿਸੇ ਨਵੇਂ ਉਦਯੋਗ ਦੇ ਲੱਗਣ ਦੀ ਖਬਰ ਉਸ ਇਲਾਕੇ ਦੇ ਲੋਕਾਂ ਲਈ ਖੁਸ਼ੀ ਦੀ ਥਾ ਫਿਕਰ ਦਾ ਸਬਬ ਹੀ ਬਣਦੀ ਹੈ ਡੰਡੀ ਸ਼ਾਇਦ ਇਹੀ ਕਾਰਨ ਹੈ ਕਿ ਉਦਯੋਗੀਕਰਨ ਨਾਲ ਜੁਨੀਆਂ ਇਨਾਂ ਸਮੱਸਿਆਵਾਂ ਦਾ ਕਾਰਨ ਹੀ ਮੁੜ ਕਿਡ ਕੇ ਪੰਜਾਬੀ ਮਨ ਫੇਰ ਖੇਤੀਬਾੜੀ ਵਿੱਚੋਂ ਹੀ ਆਪਣੇ ਸਵਾਲਾਂ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ ਢੰਡੀ ਜਦੋਂ ਖੇਤੀਬਾੜੀ ਚੋਂ ਬਾਹਰ ਨਿਕਲਣ ਦੀ ਗੱਲ ਕੀਤੀ ਜਾਂਦੀ ਹੈ ਕਰ ਰਹੇ ਹਨ ਕਿਉਂਕਿ ਉਹ ਇਸ ਗੱਲ ਤੋਂ ਸੁਚੇਤ ਹਨ ਕਿ ਮਨੁੱਖੀ ਸ਼ਕਤੀ ਦੇ ਨਾਲ-ਨਾਲ ਕੁਦਰਤੀ ਸਾਧਨ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਕਿਸੇ ਦੇਸ਼ ਦਾ ਭਵਿੱਖ ਇਹਨਾਂ ਦੋਵਾਂ ਦੇ ਸੰਜੋਗ ਵਰਤੋਂ ਤੇ ਨਿਰਪਰ ਕਰਦਾ ਹੈ ਟੰਡੀ ਅਮਰੀਕਾ ਰੂਸ ਚੀਨ ਵਿੱਚ ਬਹੁਤ ਸਾਰੇ ਜੂਰਪੀ ਦੇਸ਼ਾਂ ਦੀ ਏਸ਼ੀਆ ਦੇ ਤੇਲ ਉਤਪਾਦਕ ਦੇਸ਼ਾਂ ਵਿੱਚ ਪਿਛਲੇ ਕਈ ਤਹਾਕਿਆਂ ਤੋਂ ਚੱਲ ਰਹੀ ਦਖਲਅੰਦਾਜ਼ੀ ਪਿੱਛੇ ਮੂਲ ਕਾਰਨ ਇਹੀ ਹੈ ਕਿ ਹਰ ਦੇਸ਼ ਆਪਣੇ ਭਵਿੱਖ ਰੈਡੀ ਲਈ ਕੁਦਰਤੀ ਸਾਧਨਾ ਤੇ ਵੱਧ ਤੋਂ ਵੱਧ ਕਾਬੂ ਰੱਖਣਾ ਚਾਹੁੰਦਾ ਹੈ ਡੰਡੇ ਪੰਜਾਬ ਦੇ ਪ੍ਰਸੰਗ ਵਿੱਚ ਪੰਜਾਬ ਦੀ ਹਵਾ ਪਾਣੀ ਅਤੇ ਮਿੱਟੀ ਇਸ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਸਾਧਨ ਹਨ ਜਿੰਨਾ ਨਾਲ ਪੰਜਾਬ 啊就是。Okay.